ਸੈਸ਼ਨ ਦੀ ਕਾਰਵਾਈ ਜਿਸ ਢੰਗ ਦੇ ਨਾਲ ਚੱਲ ਰਹੀ ਹੈ, ਅੱਜ ਕਾਂਗਰਸੀ ਜਿਹੜੇ ਨੇ ਉਹ ਮਸਲਾ ਬਣਾਉਂਦੇ ਨਜ਼ਰ ਆਏ ਕਿ ਕੱਲ੍ਹ ਜਿਹੜੇ ਨੌ ਕਾਂਗਰਸੀ ਵਿਧਾਇਕਾਂ ਨੂੰ ਨੇਮ ਕੀਤਾ ਗਿਆ ਸੀ, ਕਹਿੰਦੇ ਅਸੀਂ ਇਸ ਦੀ ਨਿਖੇਧੀ ਕਰਦੇ ਹਾਂ ਕਿਉਂਕਿ ਇੱਕ ਪਾਸੇ ਤਾਂ ਕਹਿੰਦੇ ਸਰਕਾਰ ਜਿਹੜੀ ਹੈ ਜੰਦਰੇ ਲੈ ਕੇ ਆਉਂਦੀ ਹੈ, ਦੂਜੇ ਪਾਸੇ ਸਾਨੂੰ ਸੈਸ਼ਨ ਦੇ ਵਿੱਚ ਬਹਿਣ ਨਹੀਂ ਦਿੰਦੀ। ਦੇਖੋ ਗੱਲ ਇਹ ਹੈ ਵੀ ਆਪੋਜੀਸ਼ਨ ਪਾਰਟੀ ਦਾ ਕੰਮ ਹੀ ਹੁੰਦਾ, ਸੈਸ਼ਨ ਬੜਾ ਸਮੂਥ ਚੱਲ ਰਿਹਾ ਸੀ ਔਰ ਬਹੁਤ ਸਮੂਥ ਚੱਲਿਆ, ਇਹ ਹਰ ਵਾਰੀ ਕੋਸ਼ਿਸ਼ ਕਰਦੇ ਨੇ, ਝਗੜਾ ਪਾਉਂਦੇ ਨੇ ਅਤੇ ਰੌਲਾ ਰੱਪਾ ਪਾਉਣ ਦੀ ਕੋਸ਼ਿਸ਼ ਕਰਦੇ ਨੇ, ਮੁੱਦਾ ਇਹਨਾਂ ਕੋਲ ਕੋਈ ਹੈ ਨਹੀਂ, ਪੰਜਾਬ ਦੇ ਜਿਹੜੇ ਮਸਲੇ ਨੇ ਉਹ ਸਾਰੇ ਹੱਲ ਹੋ ਰਹੇ ਨੇ, ਪੰਜਾਬ ਦੇ ਲੋਕ ਖੁਸ਼ ਨੇ, ਇਸ ਗੱਲ ਦੀ ਨਾ ਉਹ ਤਕਲੀਫ ਹੋਰ ਕੁਛ ਨਹੀਂ ਹੈ। ਪਾਸ ਹੋ ਗਿਆ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਬਜਟ? ਬਜਟ ਪਾਸ ਹੋ ਗਿਆ, ਬਜਟ ਦੇ ਵਿੱਚ ਲੋਕਾਂ ਦੇ ਫਾਇਦੇ ਦੀਆਂ ਗੱਲਾਂ ਕੀਤੀਆਂ ਗਈਆਂ, ਲੋਕਾਂ ਦੀ ਭਲਾਈ ਦੀਆਂ ਗੱਲਾਂ ਕੀਤੀਆਂ ਨੇ, ਆਮ ਆਦਮੀ ਪਾਰਟੀ ਸਰਕਾਰ ਆ ਜਿਹੜੀ ਉਹ ਬਣੀ ਲੋਕਾਂ ਦੀ ਭਲਾਈ ਵਾਸਤੇ। ਤੁਹਾਡੇ ਹਲਕੇ ਨੂੰ ਕੀ ਮਿਲਿਆ? ਸਾਡੇ ਹਲਕੇ ਨੂੰ ਤਾਂ ਬਹੁਤ ਕੁਝ ਦੇ ਦਿੱਤਾ ਸਰਕਾਰ ਨੇ, ਮੈਡੀਕਲ ਕਾਲਜ ਦੇ ਦਿੱਤਾ, ਲੇਬਰ ਐਂਡ ਵੈਲਰੀ ਸਾਇੰਸਿਸ ਦੇ ਦਿੱਤਾ ਅਤੇ ਹੋਰ ਵੀ ਬਹੁਤ ਬੜੇ ਕੰਮ ਚੱਲ ਰਹੇ ਨੇ, 16 ਕਰੋੜ ਦੇ ਕੈਮਰੇ ਲੱਗ ਰਹੇ ਨੇ ਮੇਰੇ ਵਾਲੇ ਹਲਕੇ ਦੇ ਵਿੱਚ, ਤਾਂ ਬੱਲੇ ਬੱਲੇ ਹੈ। ਲੋਕ ਸਭਾ ਚੋਣਾਂ ਦੀ ਵੀ ਸਰਗਰਮੀਆਂ ਤੇਜ਼ ਹੋ ਰਹੀਆਂ ਨੇ, ਕਿਆ ਮਨਸ਼ਾ ਹੈਗੀ ਹੈ ਕਿ ਚੋਣ ਲੜਨਾ ਚਾਹੁੰਦੇ? ਨਹੀਂ, ਐਸੀ ਕੋਈ ਗੱਲ ਨਹੀਂ ਹੈਗੀ, ਮੈਨੂੰ MLA ਬਣਾਇਆ ਪਾਰਟੀ ਨੇ, ਇਹ ਤੋਂ ਬਾਅਦ ਮੈਂ MP ਇਲੈਕਸ਼ਨ ਵੱਲ ਨੂੰ ਜਾਣਾ ਚਾਹੁੰਦੇ ਹੋ ਅਗਰ ਪਾਰਟੀ ਟਿਕਟ ਦੇ ਤਾਂ ਚੋਣ ਲੜਨ ਲਈ ਤਿਆਰ? ਇਹ ਤਾਂ ਪਾਰਟੀ ਦੀ ਗੱਲ ਅਲੱਗ ਹੈ, ਪਰ ਇਹ ਵੀ ਪਾਰਟੀ MLA ਅਸੀਂ ਬਣੇ ਹੋਏ ਅਤੇ ਹੁਣ ਅਸੀਂ ਸੇਵਾ ਕਰ ਰਹੇ ਹਾਂ ਲੋਕਾਂ ਦੀ ਅਤੇ ਹੋਰ ਨੂੰ ਮੌਕਾ ਮਿਲਣਾ ਚਾਹੀਦਾ। ਦੇਖੋ ਗੱਲ ਇਹ ਹੈ ਵੀ ਆਪੋਜੀਸ਼ਨ ਪਾਰਟੀ ਦਾ ਕੰਮ ਹੀ ਹੁੰਦਾ, ਸੈਸ਼ਨ ਬੜਾ ਸਮੂਥ ਚੱਲ ਰਿਹਾ ਸੀ ਔਰ ਬਹੁਤ ਸਮੂਥ ਚੱਲਿਆ, ਇਹ ਹਰ ਵਾਰੀ ਕੋਸ਼ਿਸ਼ ਕਰਦੇ ਨੇ, ਝਗੜਾ ਪਾਉਂਦੇ ਨੇ ਅਤੇ ਰੌਲਾ ਰੱਪਾ ਪਾਉਣ ਦੀ ਕੋਸ਼ਿਸ਼ ਕਰਦੇ ਨੇ, ਮੁੱਦਾ ਇਹਨਾਂ ਕੋਲ ਕੋਈ ਹੈ ਨਹੀਂ, ਪੰਜਾਬ ਦੇ ਜਿਹੜੇ ਮਸਲੇ ਨੇ ਉਹ ਸਾਰੇ ਹੱਲ ਹੋ ਰਹੇ ਨੇ, ਪੰਜਾਬ ਦੇ ਲੋਕ ਖੁਸ਼ ਨੇ, ਇਸ ਗੱਲ ਦੀ ਨਾ ਉਹ ਤਕਲੀਫ ਹੋਰ ਕੁਛ ਨਹੀਂ ਹੈ। ਪਾਸ ਹੋ ਗਿਆ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਬਜਟ? ਬਜਟ ਪਾਸ ਹੋ ਗਿਆ, ਬਜਟ ਦੇ ਵਿੱਚ ਲੋਕਾਂ ਦੇ ਫਾਇਦੇ ਦੀਆਂ ਗੱਲਾਂ ਕੀਤੀਆਂ ਗਈਆਂ, ਲੋਕਾਂ ਦੀ ਭਲਾਈ ਦੀਆਂ ਗੱਲਾਂ ਕੀਤੀਆਂ ਨੇ, ਆਮ ਆਦਮੀ ਪਾਰਟੀ ਸਰਕਾਰ ਆ ਜਿਹੜੀ ਉਹ ਬਣੀ ਲੋਕਾਂ ਦੀ ਭਲਾਈ ਵਾਸਤੇ। ਤੁਹਾਡੇ ਹਲਕੇ ਨੂੰ ਕੀ ਮਿਲਿਆ? ਸਾਡੇ ਹਲਕੇ ਨੂੰ ਤਾਂ ਬਹੁਤ ਕੁਝ ਦੇ ਦਿੱਤਾ ਸਰਕਾਰ ਨੇ, ਮੈਡੀਕਲ ਕਾਲਜ ਦੇ ਦਿੱਤਾ, ਲੇਬਰ ਐਂਡ ਵੈਲਰੀ ਸਾਇੰਸਿਸ ਦੇ ਦਿੱਤਾ ਅਤੇ ਹੋਰ ਵੀ ਬਹੁਤ ਬੜੇ ਕੰਮ ਚੱਲ ਰਹੇ ਨੇ, 16 ਕਰੋੜ ਦੇ ਕੈਮਰੇ ਲੱਗ ਰਹੇ ਨੇ ਮੇਰੇ ਵਾਲੇ ਹਲਕੇ ਦੇ ਵਿੱਚ, ਤਾਂ ਬੱਲੇ ਬੱਲੇ ਹੈ। ਲੋਕ ਸਭਾ ਚੋਣਾਂ ਦੀ ਵੀ ਸਰਗਰਮੀਆਂ ਤੇਜ਼ ਹੋ ਰਹੀਆਂ ਨੇ, ਕਿਆ ਮਨਸ਼ਾ ਹੈਗੀ ਹੈ ਕਿ ਚੋਣ ਲੜਨਾ ਚਾਹੁੰਦੇ? ਨਹੀਂ, ਐਸੀ ਕੋਈ ਗੱਲ ਨਹੀਂ ਹੈਗੀ, ਮੈਨੂੰ MLA ਬਣਾਇਆ ਪਾਰਟੀ ਨੇ, ਇਹ ਤੋਂ ਬਾਅਦ ਮੈਂ MP ਇਲੈਕਸ਼ਨ ਵੱਲ ਨੂੰ ਜਾਣਾ ਚਾਹੁੰਦੇ ਹੋ ਅਗਰ ਪਾਰਟੀ ਟਿਕਟ ਦੇ ਤਾਂ ਚੋਣ ਲੜਨ ਲਈ ਤਿਆਰ? ਇਹ ਤਾਂ ਪਾਰਟੀ ਦੀ ਗੱਲ ਅਲੱਗ ਹੈ, ਪਰ ਇਹ ਵੀ ਪਾਰਟੀ MLA ਅਸੀਂ ਬਣੇ ਹੋਏ ਅਤੇ ਹੁਣ ਅਸੀਂ ਸੇਵਾ ਕਰ ਰਹੇ ਹਾਂ ਲੋਕਾਂ ਦੀ ਅਤੇ ਹੋਰ ਨੂੰ ਮੌਕਾ ਮਿਲਣਾ ਚਾਹੀਦਾ। ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ RK ਤਾਂਤਰਿਕ, ਪੰਡਿਤ ਮੌਲਵੀ ਬੇਗਮ ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ ਚਨਬਨ, ਵਿਦੇਸ਼ 'ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ 'ਚ ਸਮਾਧਾਨ, ਫ੍ਰੀ ਫ੍ਰੀ ਫ੍ਰੀ। RK ਤਾਂਤਰਿਕ, ਮੋਬਾਈਲ 9518555093, 7105-98475, ਪਤਾ ਪੰਜਾਬ। देश दुनिया की हर खबर सबसे पहले देखने के लिए फॉलो करें दैनिक सवेरा TV, यूट्यूब, फेसबुक, इंस्टाग्राम, एक्स और व्हाट्सएप चैनल पर।